BZFS खालसा सीनियर सेकेंडरी स्कूल मांझूपुर सरहंद वालों पंजाब दीयां पुरातन खेडां खेडण दा विशेष मेला करवाया गया। इस खेड मेले का रस्मी उद्घाटन श्री फतेहगढ़ साहब हलका विधायक लखवीर सिंह राय ने किया। इस खेड मेले में बच्चों के रस्साकसी बोरी जंप टायर चलाना स्लो साइकिल चलाना डड्डू छड़प्पे गतका गिद्धा ते भंगड़ा जिहियां कई विरासती खेडां दा बच्चों वालों शानदार प्रदर्शन किया गया। हलका विधायक लखवीर सिंह राय ने कहा कि अज के युग में जिथे बच्चे मोबाइलों में रुझे चुके हैं उत्थे जिहियां खेडां सेहत लई काफ़ी लाहेवंद साबित होणगियां, इसलिए हर स्कूल वालों जिहे विरासती खेड मेलों का आयोजन करना चाहिए। इस मौके स्कूल प्रिंसीपल धर्मिंदर सिंह अते उप प्रिंसीपल मलकीत सिंह गराया ने कहा कि इस बार स्कूल वालों ये विशेष उपराला करन दा यतन किया गया क्योंकि अपना कल्चर भुल चुके बच्चे मुड़ अपनियां विरासती खेडां खिचे जाण ते पंजाब च मुड़ तो गुम होईयां खेडां सरजीत हो जाण। इस मौके स्कूल दे विद्यार्थियों विच भी बहुत उत्साह सी, छोटे छोटे बच्चों ने इस विरासती खेड मेले का जम के आनंद लिया ते स्कूल वालों किए उपराले की जम के शलाघा की। अज दी आवाज लई श्री फतेहगढ़ साहब तो जगदेव सिंह दी रिपोर्ट। असीं अज सरहंद विखे बैठे इत्थे खालसा सीनियर सैकेंडरी स्कूल वालों एक बहुत वधिया उपराला जिहड़ियां विरासती गेमां ने उह कराईआं जा रहीआं। मैं समझना सारे जिन्ने साडे प्रबंधक ने उहनां नूं इस गल दी वधाई दिंदा, बच्चों नूं वधाई दिंदा कि उहनां ने जिहड़ा विरासत जिहड़ी सब तों विसरदी जा रही है जिहड़ी सब तों दूर हुंदी जा रही है उह विरासत नूं जिंदा रखण लई अज जिहड़ियां गेमां हो रहीआं ने। और असीं इह पिक्चरां 'च देखण नूं रहि गिआ सी लेकिन अज ਇਹ ਸਾਡੇ ਸਕੂਲ ਦੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਉਪਰਾਲਾ ਕਰਕੇ ਅਸੀਂ ਸਾਹਮਣੇ ਦੇਖ ਰਹੇ ਸਾਡੇ ਛੋਟੇ ਛੋਟੇ ਬੱਚੇ ਨੰਨੇ ਮੁੰਨੇ ਬੱਚੇ ਨਿਹੰਗ ਬਾਨੇ ਵਿੱਚ ਕਿਵੇਂ ਜਿਹੜੇ ਵਿਰਾਸਤ ਸਭ ਤੋਂ ਵਿਛੜਦੀ ਜਾ ਰਹੀ ਸੀ ਉਹਨੂੰ ਉਜਾਗਰ ਕਰਨ ਲਈ ਅੱਜ ਇਹ ਗੇਮਾਂ ਖੇਡ ਰਹੇ ਨੇ। ਇਹ ਉਪਰਾਲੇ ਸਾਨੂੰ ਪੰਜਾਬ ਲੈਵਲ 'ਤੇ ਕਰਨੇ ਚਾਹੀਦੇ ਆ। ਮੈਂ ਧੰਨਵਾਦ ਕਰਦਾ ਵਿਸ਼ੇਸ਼ ਤੌਰ 'ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪਿੰਡ ਪਿੰਡ ਮਹੱਲੇ ਮਹੱਲੇ ਫਿਰ ਬਲਾਕ ਪੱਧਰ ਦੇ ਫਿਰ ਜ਼ਿਲ੍ਹਾ ਪੱਧਰ ਤੇ ਫਿਰ ਪੰਜਾਬ ਲੈਵਲ ਤੇ ਉਹਦੇ ਹੀ ਨਤੀਜਾ ਕਿ ਸਾਡੇ ਜਿਹੜੇ ਬੱਚਿਆਂ ਵਿੱਚ ਜੋਸ਼ ਭਰਿਆ ਅੱਜ ਅਸੀਂ ਸਾਰਾ ਦੇਖਦੇ ਗਰਾਊਂਡ ਭਰਿਆ ਪਿਆ ਔਰ ਜਿਹੜੇ ਇੱਥੇ ਸਾਡੇ ਲੋਕ ਨੇ ਉਹ ਵੀ ਦੇਖਣ ਆ ਰਹੇ ਨੇ ਵੱਡੀ ਗਿਣਤੀ ਵਿੱਚ। ਇਸ ਗੱਲ ਦਾ ਇਹ ਸਬੂਤ ਹੈ ਕਿ ਸਾਡਾ ਜਿਹੜਾ ਪੰਜਾਬ ਕਿਸੇ ਟਾਈਮ ਗੇਮਾਂ ਵਿੱਚ ਅੱਗੇ ਹੁੰਦਾ ਸੀ ਅੱਜ ਫਿਰ ਦੁਬਾਰੇ ਉਹੀ ਮੁਕਾਮ ਤੇ ਪੰਜਾਬ ਪਹੁੰਚੂਗਾ। ਇਹ ਮਾਨ ਸਾਹਿਬ ਦੀ ਸੋਚ ਹੈ ਔਰ ਸਾਨੂੰ ਪੂਰਨ ਵਿਸ਼ਵਾਸ ਹੋ ਰਿਹਾ ਜਿਵੇਂ ਜਿਵੇਂ ਬੱਚੇ ਸਾਡੇ ਸ਼ਮੂਲੀਅਤ ਕਰ ਰਹੇ ਨੇ ਗੇਮਾਂ ਦੇ ਵਿੱਚ ਉਹਨਾਂ ਦੇ ਪੇਰੈਂਟਸ ਆ ਕੇ ਉਹਨਾਂ ਦਾ ਹੌਸਲਾ ਅਫਜਾਈ ਕਰ ਰਹੇ ਨੇ ਕਿ ਪੰਜਾਬ ਫਿਰ ਦੁਬਾਰੇ ਰੰਗਲਾ ਪੰਜਾਬ ਬਣੂਗਾ। ਅੱਜ ਸਾਡੀ ਸੰਸਥਾ ਦੇ ਵਿੱਚ ਅਸੀਂ ਸਪੋਰਟਸ ਡੇ ਮਨਾ ਰਹੇ ਹਾਂ ਜਿਹਦੇ ਵਿੱਚ ਅਸੀਂ ਪੁਰਾਣੀਆਂ ਵਿਰਾਸਤੀ ਖੇਡਾਂ ਹੈ ਉਹ ਸਾਰੇ ਬੱਚਿਆਂ ਨੂੰ ਉਤਸ਼ਾਹ ਕਰ ਰਹੇ ਹਾਂ ਜੋ ਵਿਰਸੇ ਨਾਲ ਦੁਬਾਰੇ ਜੋੜ ਸਕੀਏ ਅਤੇ ਜੋ ਬੱਚੇ ਭੁੱਲ ਗਏ ਤੇ ਗੇਮਾਂ ਨੂੰ ਉਹ ਗੇਮਾਂ ਕਰਾ ਕੇ ਤਾਂ ਬੱਚਿਆਂ ਨੂੰ ਇੱਕ ਜਿਹੜੇ ਹਰ ਤਰ੍ਹਾਂ ਦਾ ਵਿਕਾਸ ਆ ਉਹਦੇ ਵਿੱਚ ਖੇਡਾਂ ਦਾ ਬੜਾ ਅਹਿਮ ਰੋਲ ਹੈ ਅਤੇ ਸਰਕਾਰ ਵੀ ਉਪਰਾਲਾ ਕਰ ਰਹੀ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਆਪਾਂ ਸਪੋਰਟਸ ਨਾਲ ਜੋੜੀਏ ਵਿਰਾਸਤੀ ਖੇਡਾਂ ਨਾਲ ਜੋੜੀਏ। ਅਸੀਂ ਵੀ ਅੱਜ ਸਪੈਸ਼ਲ MLA ਸਾਹਿਬ ਨੂੰ ਬੁਲਾਇਆ ਹੈ ਅਤੇ ਅਸੀਂ ਸਪੋਰਟ ਡੇ ਦੇ ਵਿੱਚ ਵਿਰਾਸਤੀ ਖੇਡਾਂ ਨੂੰ ਤਰਜੀਹ ਦਿੱਤੀ ਹੈ ਅਤੇ ਕਰਾ ਰਹੇ ਹਾਂ ਅਤੇ ਆਸ ਕਰਦੇ ਹਾਂ ਵੀ ਸਾਡਾ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਰਹੂਗਾ ਅਤੇ ਅਸੀਂ ਅਗਲੇ ਸਾਲ ਇਸ ਤਰ੍ਹਾਂ ਹੀ ਕਰਵਾਉਂਦੇ ਰਹੂੰਗੇ ਅਤੇ ਸੰਸਥਾ ਨੂੰ ਜਿਹੜੇ ਬੱਚੇ ਪਾਰਟੀਸਪੈਂਟ ਕਰ ਰਹੇ ਹਨ ਇਹਨਾਂ 'ਤੇ ਬੜਾ ਮਾਣ ਹੈ ਅਤੇ ਅੱਜ ਸਪੈਸ਼ਲ MLA ਸਾਹਿਬ DO ਸਾਹਿਬ ਪਹੁੰਚੀਆਂ ਸਾਡੇ ਦੇ ਵਿੱਚ ਅਤੇ ਸਾਰਿਆਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ ਅਤੇ ਆਸ ਕਰਦੇ ਹਾਂ ਸਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ 'ਚ ਅੱਗੇ ਵੀ ਸਹਿਯੋਗ ਦਿੰਦੇ ਰਹਿਣਗੇ। ਜਿਸ ਤਰ੍ਹਾਂ ਕਿ ਬੱਚੇ ਅੱਜ ਮੋਬਾਈਲਾਂ ਦੇ ਉੱਤੇ ਪੁਰਾਣੀਆਂ ਗੇਮਾਂ ਭੁੱਲ ਚੁੱਕੇ ਨੇ, ਅਸੀਂ ਰੁਮਾਲ ਚੁੱਕਣਾ, ਕੋਟਲਾ ਛਪਾਕੀ, ਪੀਚੋ, ਨਿੰਬੂ ਰੇਸ, ਤਿੰਨ ਟੰਗੀ ਰੇਸ, ਗੋਰੀ ਰੇਸ, ਸਾਈਕਲ ਰੇਸ, ਕਬੱਡੀ, ਖੋ ਖੋ ਅਤੇ ਬੈਕ ਰੇਸ, ਜਿਹੜੀਆਂ ਡੱਡੂ ਛੜੱਪੇ, ਇਹ ਖੇਡਾਂ ਹੋਰ ਵੀ ਇਸ ਤਰ੍ਹਾਂ ਦੀਆਂ ਕਈ ਖੇਡਾਂ ਨੇ ਜਿਹੜੀਆਂ ਬੱਚੇ ਭੁੱਲ ਚੁੱਕੇ ਨੇ ਬਿਲਕੁਲ, ਉਹਨਾਂ ਨੂੰ ਅਸੀਂ ਫਿਰ ਤੋਂ ਤਿਆਰ ਕੀਤਾ। ਉਹ ਹੁਣ ਇਸ ਨਾਲ ਬਹੁਤ ਉਤਸ਼ਾਹਿਤ ਨੇ ਔਰ ਉਹਨਾਂ ਨੂੰ ਬਹੁਤ ਚੰਗੀਆਂ ਲੱਗੀਆਂ ਨੇ ਖੇਡਾਂ। ਸਾਨੂੰ ਉਮੀਦ ਹੈ ਕਿ ਇਹ ਖੇਡਾਂ ਦੇ ਨਾਲ ਪੁਰਾਣਾ ਪੰਜਾਬ ਦਾ ਜੋ ਕਲਚਰ ਭੁੱਲ ਚੁੱਕਾ ਸੀ ਉਹ ਸੁਰਜੀਤ ਹੋ ਗਿਆ। ਸਾਡੇ ਖਾਲਸਾ ਸਕੂਲ ਵੱਲੋਂ ਸਾਡੇ ਸਿਰਫ ਖਾਲਸਾ ਸਕੂਲ ਵੱਲੋਂ ਹੈ, ਇਹ 945 ਬੱਚਿਆਂ ਦੇ ਵਿੱਚੋਂ 945 ਬੱਚੇ ਹੀ ਭਾਗ ਲੈ ਰਹੇ ਨੇ, ਪੂਰਾ ਪ੍ਰਾਇਮਰੀ ਵਿੰਗ ਪੂਰਾ ਸੈਕੰਡਰੀ ਤੱਕ ਵਿੰਗ ਜਿਹੜਾ ਬੱਚੇ ਅਤੇ ਟੀਚਰਾਂ ਨੇ ਰਲ ਕੇ ਉਪਰਾਲਾ ਕੀਤਾ ਹੈ। ਇਹ ਸਾਨੂੰ ਬਹੁਤ ਹੀ ਸਾਨੂੰ ਵੀ ਚੰਗਾ ਲੱਗਿਆ ਕਿ ਇਹਨਾਂ ਬੱਚੇ ਜਿਹੜੇ ਨੇ ਬਹੁਤ ਉਤਸ਼ਾਹਿਤ ਨੇ, ਉਹਨਾਂ ਦੇ ਮਾਪੇ ਵੀ ਬਹੁਤ ਖੁਸ਼ ਨੇ। ਮੁਹੰਮਦ ਸੋਇਆ, ਮੈਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਚ 6th ਤੇ
ਸਾਡੇ ਸਰ ਬਹੁਤ ਵਧੀਆ ਸਾਨੂੰ ਸਾਰੇ ਟੀਚਰ ਸਾਨੂੰ ਪੜ੍ਹਾਈ ਕਰਦੇ ਆ ਬਹੁਤ ਵਧੀਆ ਅੱਜ ਕਿਹੜੀਆਂ ਖੇਡਾਂ ਕਿਵੇਂ ਦੀ ਲੱਗੀਆਂ ਕਿਵੇਂ ਦਾ ਦਿਨ ਲੱਗਿਆ ਆ ਸਾਰੇ ਸਾਡੇ ਸਰ ਨੇ ਦਿਖਾਇਆ ਸੀ ਸਾਰੇ ਤੋਂ ਪਹਿਲਾਂ ਜਿਹੜੀਆਂ ਖੇਡਾਂ ਖੇਡਣੀਆਂ ਉਹਦਾ ਨਾਮ ਚੱਕੋ ਪਹਿਲਾਂ ਰੱਬ ਦਾ ਫੇਰ ਖੇਡਾਂਗੇ ਜੀ ਜਿਹੜੀ ਅੱਜ ਖੇਡਾਂ ਕਿਵੇਂ ਲੱਗੀਆਂ ਅੱਜ ਵਧੀਆ ਲੱਗੀਆਂ ਜੀ